ਲੱਕੀ ਹੈ ਜੀ, ਮੇਰੀ ਸਟੇਸ਼ਨਰੀ ਦੀ ਸ਼ੋਪ ਹੈ, ਨਾਲ ਸਾਈਬਰ ਕੈਫੇ ਹੈਗਾ। ਹਾਂ, ਗਰਮੀ ਤਾਂ ਪੈ ਰਹੀ ਹੈ, ਆਪਣੇ 1 ਵੀਕ ਤੋਂ ਪਹਿਲਾਂ ਇੰਨੀ ਕੁ ਗਰਮੀ ਹੁਣ ਪੈ ਰਹੀ ਹੈ, ਜਿਹਦੇ ਕਰਕੇ ਆਮ ਨਾਗਰਿਕ ਜਿਹੜੇ ਹੈ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ, ਮੋਰਨਿੰਗ ਮੋਰਨਿੰਗ ਆਉਂਦੇ ਆ, ਉਸ ਤੋਂ ਬਾਅਦ ਬਿਲਕੁਲ ਆਪਣੇ ਘਰਾਂ ਦੇ ਵਿੱਚ ਰਹਿੰਦੇ ਆ। ਉਹਨਾਂ ਦੀ ਵੀ ਮਤਲਬ ਠੀਕ ਹੈ ਗੱਲਬਾਤ ਕਿ ਗਰਮੀ ਹੈਗੀ ਹੈ, ਇਸ ਕਰਕੇ ਉਹ ਘਰਾਂ ਦੇ ਵਿੱਚ ਹੀ ਰਹਿੰਦੇ ਆ, ਦੁਕਾਨਾਂ 'ਤੇ ਨਹੀਂ ਆ ਰਹੇ, ਜਿਨ੍ਹਾਂ ਦਾ ਸਿੱਧਾ ਪ੍ਰਭਾਵ ਆਮ ਨਾਗਰਿਕ ਅਤੇ ਆਮ ਦੁਕਾਨਦਾਰਾਂ 'ਤੇ ਪੈ ਰਿਹਾ। ਹਾਂਜੀ, ਗਰਮੀ ਤਾਂ ਪਹਿਲੋਂ ਵੀ ਪੈਂਦੀ ਰਹੀ ਹੈ ਜੀ, ਪਰ ਇਸ ਵਾਰ ਤਾਂ ਜਿਹੜਾ ਗਰਮੀ ਨੇ ਮਈ ਮਹੀਨੇ ਦੇ ਐਂਡ ਤੱਕ ਹੀ ਰਿਕਾਰਡ ਤੋੜਤਾ। ਮੈਂ ਅੱਜ ਹੀ ਵੈਦਰ ਰਿਪੋਰਟ ਚੈੱਕ ਕੀਤੀ ਹੈ ਕਿ ਅਗਲੇ ਹਫ਼ਤੇ ਤਾਂ ਟੈਂਪਰੇਚਰ ਜਿਹੜਾ 42 ਤੋਂ ਵੀ 42 ਤੋਂ ਵੀ ਕ੍ਰਾਸ ਕਰ ਰਿਹਾ, ਅਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਇੱਡੀ ਗਰਮੀ 'ਚ ਲੋਕ ਕਿੱਦਾਂ ਸਰਵਾਈਵ ਕਰਨਗੇ। ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਨਿਵੇਦਨ ਹੈ, ਬੇਨਤੀ ਹੈ ਕਿ ਜਿਹੜਾ ਟੈਂਪਰੇਚਰ ਹੈ ਗ੍ਰੀਨ ਹਾਊਸ ਇਫੈਕਟ ਦੇ ਕਾਰਨ ਦਿਨ ਬ ਦਿਨ ਵੱਧਦਾ ਜਾ ਰਿਹਾ, ਅਤੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਘਰ ਦੇ ਵਿੱਚ ਜਿੰਨੇ ਵੱਧ ਤੋਂ ਵੱਧ ਪਲਾਂਟ ਲਗਾ ਸਕਦੇ ਲਾਓ। ਅਤੇ ਇੱਕ ਹੋਰ ਥੋੜ੍ਹੀ ਜਿਹੀ ਤਕਲੀਫ ਕਰੋ ਕਿ ਜਿਹੜੀ ਛੋਟੇ ਛੋਟੇ ਡੱਬੀਆਂ ਵਿੱਚ ਪਾਣੀ ਪਾ ਕੇ ਪੰਛੀਆਂ ਲਈ ਵੀ ਉੱਪਰ ਰੱਖ ਦਿਓ, ਕਿਉਂਕਿ ਆਪਣੇ ਗਰਮੀ ਦੀ ਲੂ ਇੰਨੀ ਜ਼ਿਆਦਾ ਕਿ ਅੱਜ ਮੈਂ ਸਵੇਰੇ ਜਿਹੜੇ ਬਾਹਰ ਨਿਕਲਿਆ ਅਤੇ ਮੇਰੀਆਂ ਅੱਖਾਂ ਨਹੀਂ ਸੀ ਖੁੱਲ ਰਹੀਆਂ। ਪਿਛਲੀ ਵਾਰੀ ਜਿਹੜਾ ਸੀ ਟੈਂਪਰੇਚਰ ਉਹ ਥੋੜ੍ਹਾ ਠੀਕ ਸੀ, ਪਰ ਇਸ ਵਾਰ ਜਿਹੜਾ ਟੈਂਪਰੇਚਰ ਉਹ ਤਾਂ 42 ਤੋਂ ਵੀ ਉੱਪਰ ਜਾ ਰਿਹਾ, ਅਤੇ ਅਗਲੇ ਹਫ਼ਤੇ ਦਾ ਮੈਂ ਵੈਦਰ ਚੈੱਕ ਕੀਤਾ ਕਿ 42 ਤੋਂ ਵੀ ਉੱਪਰ ਜਾਣ ਦੀ ਸੰਭਾਵਨਾ ਹੈ, ਅਤੇ ਗਰਮੀ ਦੀ ਲੂ ਬਹੁਤ ਹੈ, ਅਤੇ ਇਸ ਕਰਕੇ ਵੱਧ ਤੋਂ ਵੱਧ ਪਾਣੀ ਪੀਓ, ਸੜਕਾਂ 'ਤੇ ਨਾ ਘੁੰਮੋ, ਦੁਪਹਿਰ ਦੇ ਟਾਈਮ ਨੂੰ ਜਿਹੜਾ ਵੀ ਆਪਣਾ ਕੰਮ ਕਰਨਾ ਉਹ ਸਵੇਰੇ ਸਵੇਰੇ ਅਤੇ ਸ਼ਾਮ ਨੂੰ ਕਰੋ। ਅਤੇ ਗਰਮੀ ਮੈਨੂੰ ਲੱਗਦਾ ਇਹ ਰੁਕਣ ਵਾਲੀ ਨਹੀਂ, ਇਹ ਹੋਰ ਇਹਦਾ ਪ੍ਰਕੋਪ ਵਧਣ ਵਾਲਾ। ਅਤੇ ਫਿਰ ਮੈਂ ਇੱਕ ਵਾਰੀ ਬੇਨਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਕਿ ਛੋਟੇ ਛੋਟੇ ਡੱਬੀਆਂ 'ਚ ਪਾਣੀ ਪਾ ਕੇ ਰੱਖ ਦਿਓ ਪੰਛੀਆਂ ਲਈ, ਕਿ ਉਹ ਵੀ ਵਿਚਾਰੇ ਗਰਮੀ ਦੀ ਲੂ ਤੋਂ ਬਚਣ ਲਈ ਪਾਣੀ ਦਾ ਇਸਤੇਮਾਲ ਕਰ ਸਕਣ। ਬਹੁਤ ਬਹੁਤ ਤੁਹਾਡਾ ਧੰਨਵਾਦ।